ਮੈਮ ਤੁਸੀਂ ਕਿੱਥੋਂ ਆਏ? ਮੈਂ ਖਾਨਪੁਰ ਦਾ ਪਿੰਡ ਨਵਾਂਸ਼ਹਿਰ ਤੋਂ ਆਈ ਹਾਂ। ਨਵਾਂਸ਼ਹਿਰ ਖਾਨਪੁਰ ਦਾ ਪਿੰਡ ਤੋਂ ਆਈ ਹਾਂ। ਤੁਹਾਡਾ ਕੀ ਨਾਮ ਹੈ? ਸਿੰਦਰਜੀਤ ਕੌਰ। ਅਤੇ ਤੁਹਾਨੂੰ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ? ਮੈਮ ਮੈਨੂੰ 7 ਸਾਲ, ਮਤਲਬ ਕਿ 8 ਸਾਲ ਪਹਿਲਾਂ ਮੇਰੀ ਬੇਟੀ ਹੋਣ ਵਾਲੀ ਸੀ ਪ੍ਰੈਗਨੈਂਸੀ ਵਿੱਚ, ਅਤੇ ਉਦੋਂ ਮੈਮ ਨੇ ਰਿਲੇਟਿਵ ਡਾਕਟਰ ਨੇ ਸਾਨੂੰ ਕਿਹਾ ਸੀ ਕਿ ਤੁਸੀਂ ਬੇਬੀ ਨਾ ਲਵਾਉਂਦੇ, ਕਿ ਮਤਲਬ ਕਿ ਤੁਸੀਂ ਇਹਨੇ ਬੇਬੀ ਲੈਣ ਦੀ ਕੰਡੀਸ਼ਨ ਵਿੱਚ ਨਹੀਂ ਹੈਗੇ। ਪਰ ਮੇਰਾ ਪਹਿਲਾਂ ਬੇਬੀ ਸੀ ਕਰਕੇ ਮੈਂ ਮੈਮ ਨੂੰ ਕਿਹਾ ਸੀ ਕਿ ਮੈਂ ਬੇਬੀ ਲੈਣਾ ਹੀ ਲੈਣਾ ਵਾ, ਅਤੇ ਫਿਰ ਮੇਰੇ ਬੇਬੀ ਦੀ ਗਰੋਥ ਨਹੀਂ ਬਣਦੀ ਪਈ ਸੀਗੀ, ਅਤੇ ਉਹ ਦਵਾਈਆਂ ਦੇ ਸੈੱਟ ਤੇ ਹੀ ਬੇਬੀ ਦੀ ਗਰੋਥ ਬਣੀ ਹੈ। ਅਤੇ ਉਸ ਟਾਈਮ ਮਤਲਬ ਪ੍ਰੈਗਨੈਂਸੀ ਦੇ ਵਿੱਚ ਹੀ ਮੇਰੇ ਬਲੀਡਿੰਗ ਹੋਣ ਲੱਗ ਪਈ ਸੀਗੀ। ਜਦੋਂ ਟੋਇਲਟ ਵਗੈਰਾ ਰਸਤੇ ਜਾਣੀ, ਮੈਂ ਜਦੋਂ ਟੋਇਲਟ 'ਤੇ ਬਹਿਣਾ ਮਤਲਬ ਕਿ ਬਾਥਰੂਮ ਕਰਨ ਵੀ ਬਹਿੰਦੀ ਸੀ, ਤਾਂ ਵੀ ਮੇਰੇ ਬਲੀਡਿੰਗ ਹੋ ਜਾਣੀ, ਮਤਲਬ ਬੈਠੀ ਦੇ ਬਲੀਡਿੰਗ ਹੋ ਜਾਣੀ। ਫਿਰ ਮੈਮ ਨੇ ਸਾਨੂੰ ਦੱਸਿਆ ਕਿ ਤੁਹਾਨੂੰ ਵਾਪਸ ਹੀ ਹੋ ਗਈ। ਕਿਹੜੀ ਮੈਡਮ ਨੇ ਦੱਸਿਆ? ਕਿਹੜੇ ਹੋਸਪਿਟਲ? ਡਾਕਟਰ ਸੁਖਦੀਪ ਕੌਰ ਸਿੰਘ ਬੈਕ ਨੇ, ਬੇਕ ਹੋਸਪਿਟਲ ਫਗਵਾੜੇ ਆ। ਅੱਛਾ ਜੀ, ਹਾਂਜੀ। ਅਤੇ ਫਿਰ ਉਹਨੇ ਸਾਨੂੰ ਦੱਸਿਆ ਸੀਗਾ ਕਿ ਮਤਲਬ ਕਿ ਹੁਣ ਬੇਬੀ ਪ੍ਰੈਗਨੈਂਸੀ ਦੇ ਵਿੱਚ ਤਾਂ ਆਪਾਂ ਇਹਦਾ ਕੁਛ ਨਹੀਂ ਕਰ ਸਕਦੇ ਹੈਗੇ, ਕਿਉਂਕਿ ਪਹਿਲਾਂ ਹੀ ਮਤਲਬ ਬੇਬੀ ਬਹੁਤ ਵੀਕ ਆ। ਪ੍ਰੈਗਨੈਂਸੀ ਤੋਂ ਬਾਅਦ 3 ਮੰਥ ਹੋ ਜਾਊਗੇ, ਆਪਰੇਸ਼ਨ ਹੋਣ ਤੋਂ ਬਾਅਦ 3 ਮੰਥਾਂ ਬਾਅਦ ਤੁਸੀਂ ਇਹਦਾ ਆਪਰੇਸ਼ਨ ਕਰਵਾ ਦਿਓ। ਫਿਰ ਅਸੀਂ ਬਿਰਕ ਹੋਸਪਿਟਲ ਤੋਂ ਹੀ ਆਪਰੇਸ਼ਨ ਕਰਵਾਇਆ ਸੀ, ਅਤੇ ਆਪਰੇਸ਼ਨ ਕਰਵਾਉਣ ਤੋਂ ਬਾਅਦ ਮੈਂ 7 ਸਾਲ ਠੀਕ ਰਹੀ ਹਾਂ। ਅਤੇ ਬਾਅਦ ਚੋਂ ਮੈਨੂੰ ਫਿਰ ਦੁਬਾਰਾ ਇਹੀ ਪ੍ਰੋਬਲਮ ਆਵਾ ਸੀ, ਇੱਦਾਂ ਦੁਬਾਰਾ ਫਿਰ ਹੋ ਗਈ। ਹੁਣ ਮਤਲਬ ਕਿ ਮੈਨੂੰ 10 ਕੁ ਮਹੀਨੇ ਹੋਏ ਆ, ਫਿਰ ਦੁਬਾਰਾ ਫਿਰ ਹੋਣ ਲੱਗ ਪਈ ਸੀ, ਸੈਕਿੰਡ ਆਪਰੇਸ਼ਨ। ਮਤਲਬ ਸੇਮ ਪ੍ਰੋਬਲਮ ਤੋਂ ਸੇਮ ਪ੍ਰੋਬਲਮ ਜਿਹੀ ਹੋਣ ਲੱਗ ਪਈ ਸੀ। ਠੀਕ ਹੈ। ਅਤੇ ਫਿਰ ਮਤਲਬ ਕਿ ਫਿਰ ਸਾਨੂੰ ਡਾਕਟਰ ਜਸਜੀਤ ਸਿੰਘ ਬੈਕ ਨੇ ਸਾਨੂੰ ਸ਼ਿੰਗਾਰਾ ਹੋਸਪਿਟਲ ਜਲੰਧਰ ਵਿਜੇ ਨੰਦਾ ਡਾਕਟਰ ਕੋਲ ਰੈਫਰ ਕੀਤਾ ਸੀਗਾ। ਉੱਥੇ ਉਹਨਾਂ ਨੇ ਕੋਲੋਨੋਸਕੋਪੀ ਦਿੱਤੀ ਸੀਗੀ। ਕੋਲੋਨੋਸਕੋਪੀ ਵਿੱਚ ਆਇਆ ਸੀ ਕਿ ਦੁਬਾਰਾ ਅੰਦਰ ਹੋ ਪਏ ਆ ਬਾਬਾ ਸਿੰਘ ਦੇ, ਅਤੇ ਨਾ ਤੁਹਾਡੀ ਅੰਤਰੀ ਵਿੱਚ ਅਲਸਰ ਹੋਏ ਹੋ, ਜ਼ਖਮ ਹੋਏ ਹੋ। ਅਤੇ ਸਾਨੂੰ ਉਹਨਾਂ ਨੇ ਐੱਮ ਆਰ ਆਈ ਵੀ ਲੈ ਕੇ ਦਿੱਤੀ ਸੀ ਵਿਜੇ ਨੰਦਾ ਡਾਕਟਰ ਨੇ, ਕਿ ਤੁਸੀਂ ਐੱਮ ਆਰ ਆਈ ਕਰਵਾ ਕੇ ਆਓ। ਉਹਦੇ ਵਿੱਚ ਫਿਸਟਬੁੱਲਾ, ਹਾਂਜੀ ਉਹ ਪ੍ਰੋਬਲਮ ਆਈ ਸੀਗੀ। ਫਿਰ ਮੇਰੇ ਪੇਕੇ ਆ ਮੀਰਾਪੁਰ ਪਿੰਡ ਫਗਵਾੜੇ ਦੇ ਲਾਗੇ ਆ, ਉੱਥੇ ਦੀ ਮੇਰੀ ਦੀਦੀ ਹੈ, ਉੱਥੇ ਸਰਹੰਦ ਪਿਆਰੇ ਹੋਏ ਆ, ਉਹਨਾਂ ਨੇ ਇੱਥੇ ਆਪਰੇਸ਼ਨ ਕਰਵਾਇਆ ਸੀ, ਅਤੇ ਉਹ ਠੀਕ ਆ। ਅਤੇ ਸਾਨੂੰ ਜਿੱਦਾਂ ਫਿਰ ਮੇਰੀ ਮੰਮਾ ਨੇ ਉਹਨਾਂ ਦੀ ਮਦਰ ਤੋਂ ਗੱਲ ਕੀਤੀ ਕਿ ਇੱਦਾਂ ਦੁਬਾਰਾ ਹੋ ਗਈ ਹੈ, ਸਾਨੂੰ ਉਹਨਾਂ ਨੇ ਇਸ ਹੋਸਪਿਟਲ ਬਾਰੇ ਦੱਸਿਆ ਕਿ ਤੁਸੀਂ ਉਸ ਹੋਸਪਿਟਲ ਜਾ ਕੇ ਇੱਕ ਵਾਰੀ ਡਾਕਟਰ ਦੀ ਸਲਾਹ ਲਿਆਓ ਕਿ ਮੈਂ ਠੀਕ ਹਾਂ ਕਿ ਆਪਰੇਸ਼ਨ ਕਰਵਾਉਂਗੇ, ਤਾਂ ਕਰਕੇ ਵੀ ਅਸੀਂ ਇੱਥੇ ਆਏ ਸੀਗੇ। ਅਤੇ ਫਿਰ ਸਾਨੂੰ ਡਾਕਟਰ ਸਾਹਿਬ ਨੇ ਦੱਸਿਆ ਕਿ ਸਾਨੂੰ ਜਿਹੜੇ ਜਲੰਧਰ ਵਾਲੇ ਡਾਕਟਰ ਸਾਹਿਬ ਸੀਗੇ ਵਿਜੇ ਨੰਦਾ, ਉਹਨੇ ਕਿਹਾ ਸੀ ਤੁਸੀਂ ਇੰਜੈਕਸ਼ਨ ਲਵਾ ਲਓ ਬਾਬਾ ਸਿੰਘ ਤੋਂ ਨਦੀਆਂ ਵਿੱਚ। ਅਤੇ ਜਦੋਂ ਅਸੀਂ ਇਸ ਡਾਕਟਰ ਸਾਹਿਬ ਕੋਲ ਆਏ ਤਾਂ ਇਹ ਵੀ ਕਿਹਾ ਕਿ ਇੰਜੈਕਸ਼ਨ ਨਾਲ ਠੀਕ ਨਹੀਂ ਹੋਣਾ, ਕਿ ਓਪਰੇਟ ਹੀ ਕਰਵਾਉਣਾ ਪੈਣਾ। ਅਤੇ ਫਿਰ ਸਕੂਲਾਂ ਦੀ ਵੀ ਐੱਮ ਆਰ ਆਈ ਦਿਖਾਈ ਸੀ, ਅਤੇ ਇਹਨੇ ਕਿਹਾ ਕਿ ਦੋਨੇ ਓਪਰੇਟ ਇਕੱਠੇ ਹੀ ਹੋ ਜਾਣੇ ਆ, ਤਾਂ ਕਰਕੇ ਫਿਰ ਅਸੀਂ ਇੱਥੋਂ ਓਪਰੇਟ ਕਰਵਾਉਣਾ। ਹਾਂਜੀ, ਹੁਣ ਜਿਹੜੀ ਤੁਹਾਡੀ ਬੱਬਾ ਸਿੰਘ ਦੀ ਪ੍ਰੋਬਲਮ ਸੀ ਅਤੇ ਜਿਹੜੀ ਭੁਖੰਦਰ ਦੀ ਪ੍ਰੋਬਲਮ ਸੀਗੀ, ਅਤੇ ਉਹਦਾ ਡਿਫਰੈਂਟ ਤੁਹਾਨੂੰ ਪਤਾ ਲੱਗ ਗਿਆ? ਹਾਂਜੀ। ਕਿ ਭੁਖੰਦਰ ਕੀ ਚੀਜ਼ ਹੁੰਦੀ ਆ ਅਤੇ ਬੱਬਾ ਸਿੰਘ ਦੀ ਕੀ ਪ੍ਰੋਬਲਮ ਹੁੰਦੀ ਹੈ ਤੁਹਾਨੂੰ? ਹਾਂਜੀ, ਜਿੱਦਾਂ ਦੀਦੀ ਨੇ ਸਮਝਾਇਆ ਸੀ ਕਿ ਜਿਹੜੀ ਬਾਬਾ ਸੀ ਦਾ, ਕਿ ਜਦੋਂ ਆਪਾਂ ਸੱਤ ਦੇ ਟੋਇਲਟ ਆਉਂਦੀ ਹੈ ਜਾਂ ਕਬਜ਼ ਵਗੈਰਾ ਰਹਿੰਦੀ ਹੈ, ਉਹਦੇ ਵਿੱਚੋਂ ਜ਼ਖਮਾਂ ਵਿੱਚੋਂ ਬਲੱਡ ਆਉਣ ਲੱਗ ਪੈਂਦਾ ਹੈ। ਅਤੇ ਜਿਹੜਾ ਫਿਸਟੁਲਾ ਹੁੰਦੀ ਹੈ ਕਿ ਆਪਣੇ ਇੱਕ ਕਿਸਮ ਦੀ ਇੱਕ ਚੀਜ਼ ਹੁੰਦੀ, ਉਹ ਬਾਹਰ ਨਿਕਲਦੀ ਹੈ ਜਦੋਂ, ਉਹ ਫਿਰ ਅੰਦਰ ਹੀ ਜਮ੍ਹਾਂ ਹੋ ਜਾਂਦੀ ਹੈ, ਪੀਕ ਵਗੈਰਾ ਬਣ ਜਾਂਦੀ ਹੈ ਨਾ, ਅਤੇ ਫਿਰ ਉਹ ਥਾਂ ਬਣਾ ਲੈਂਦੀ ਹੈ ਆਪਾਂ ਉਹਨੂੰ ਫਿਸਟੁਲਾ। ਮੈਨੂੰ ਬਹੁਤ ਬੈਸਟ ਫੀਲ ਹੋ ਰਿਹਾ, ਜਿੱਦਾਂ ਮੈਂ ਉਹੀ ਮੈਂ ਆਪਣੇ ਹਸਬੈਂਡ ਨਾਲ ਗੱਲ ਕਰਦੀ ਸੀ ਕਿ ਬਿਲਕ ਹੋਸਪਿਟਲ ਵਾਲਿਆਂ ਦੇ ਆਪਰੇਸ਼ਨ ਤੇ ਇਸ ਆਪਰੇਸ਼ਨ ਵਿੱਚ ਬਹੁਤ ਡਿਫਰੈਂਟ ਆ। ਜਿੱਥੇ ਤਾਂ ਮੈਂ ਬਹੁਤ ਜ਼ਿਆਦਾ ਆਪਰੇਸ਼ਨ ਕਰਾ ਕੇ ਚੰਗੀ ਵੀ ਸੀ, ਇੱਥੇ ਨਹੀਂ, ਮਤਲਬ ਮੈਨੂੰ ਫੀਲ ਇਹ ਨਹੀਂ ਹੁੰਦਾ ਕਿ ਮੇਰਾ ਆਪਰੇਸ਼ਨ ਹੋਇਆ ਆ, ਮੈਨੂੰ ਮੈਂ ਬੈਸਟ ਲੱਗਾ ਆਪਰੇਸ਼ਨ ਕੀਤਾ, ਹੋਸਪਿਟਲ ਵੀ ਵਧੀਆ ਲੱਗਿਆ, ਸਟਾਫ ਵੀ ਵਧੀਆ। ਅਤੇ ਤੁਸੀਂ ਜਿਵੇਂ ਤੁਸੀਂ ਹੁਣ ਬਿਲਕੁਲ ਆਪਰੇਸ਼ਨ ਕਰਵਾ ਕੇ ਤੁਹਾਨੂੰ ਠੀਕ ਲੱਗ ਰਿਹਾ, ਤੁਸੀਂ ਆਪਣੇ ਮਤਲਬ ਹੋਰਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਕਿ ਹਾਂ ਮਤਲਬ ਕਿ ਆਪਣੀ ਬਿਮਾਰੀ ਨੂੰ ਲੁਕਾਉਣਾ ਨਹੀਂ ਚਾਹੀਦਾ, ਆਪਣੀ ਇਹ ਜਿਹੜੀ ਪ੍ਰੋਬਲਮ ਹੁੰਦੀ ਆ ਦੱਸਣਾ ਚਾਹੀਦਾ, ਕਰ ਕੀ ਕਰਨਾ ਚਾਹੀਦਾ? ਦੱਸੂਗੀ ਜ਼ਰੂਰ ਕਿ ਮਤਲਬ ਕਿ ਸਰਹੰਦ ਫਤਿਹਗੜ੍ਹ ਰਾਣਾ ਹੋਸਪਿਟਲ ਆ, ਕਿ ਤੁਸੀਂ ਉੱਥੇ ਜਾਓ ਕਿ ਬੈਸਟ ਆ, ਆਪਣੀ ਤੁਸੀਂ ਇੱਕ ਵਾਰੀ ਮਤਲਬ ਕਿ ਇਲਾਜ ਕਰਵਾਓ ਤਾਂ ਤੁਸੀਂ ਠੀਕ ਹੋਵੋਗੇ ਉਹਦੇ ਕੋਲੋਂ। ਕਿ ਜਿੱਦਾਂ ਮੈਨੂੰ ਪਤਾ ਲੱਗਾ ਕਿ ਮੈਂ ਇੱਥੇ ਆਈ ਹਾਂ, ਮੈਂ ਕਰ ਲਉ, ਜੇ ਕੋਈ ਮੈਨੂੰ ਦੱਸੂਗਾ ਕਿ ਮੈਨੂੰ ਇਹ ਪ੍ਰੋਬਲਮ ਆ, ਮੈਂ ਉਹਨਾਂ ਨੂੰ ਵੀ ਸਲਾਹ ਦਊਂਗੀ ਕਿ ਤੁਸੀਂ ਉੱਥੇ ਜ਼ਰੂਰ ਜਾਓਗੇ, ਬੈਸਟ ਡਾਕਟਰ ਆ, ਬੈਸਟ ਸਟਾਫ ਆ, ਹੋਸਪਿਟਲ ਵੀ ਵਧੀਆ ਵਾ, ਟ੍ਰੀਟਮੈਂਟ ਵੀ ਵਧੀਆ ਹੁੰਦਾ। ਰਾਣਾ ਹੋਸਪਿਟਲ ਕੀ ਯਹੀ ਹੈ ਰੀਤ, ਫਿਸ਼ਚੁਲਾ ਪਰ ਹੋਗੀ ਸਦਾ ਹੀ ਜੀਤ।